ਗੈਂਗਸਟਰ ਕਾਲਾ ਜੁਠੇੜੀ ਦੀ ਮਾਂ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਕਲੀ ਗਈ, ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। 60 ਸਾਲ ਦੀ ਕਮਲਾ ਦੇਵੀ ਦੀ ਇਲਾਜ ਮੌਕੇ ਮੌਤ ਹੋਈ ਹੈ। ਪੁੱਤ ਕਾਲਾ ਜੁਠੇੜੀ ਦਾ ਥੋੜ੍ਹਾ ਸਮਾਂ ਪਹਿਲਾਂ ਵਿਆਹ ਹੋਇਆ ਸੀ। ਵਿਆਹ ਦੇ ਵਿੱਚ ਕਮਲਾ ਦੇਵੀ ਬਹੁਤ ਖੁਸ਼ ਨਜ਼ਰ ਆ ਰਹੇ ਸੀ, ਤਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦਾ ਪੁੱਤ ਕਾਲਾ ਜੁਠੇੜੀ, ਜੋ ਕਿ ਅਪਰਾਧਿਕ ਦੁਨੀਆ ਦੇ ਵਿੱਚ ਸਰਗਰਮ ਸੀ, ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਔਰ ਹੁਣ ਉਹਨਾਂ ਦੀ ਮਾਤਾ, ਜਿਨ੍ਹਾਂ ਦੀ ਉਮਰ 60 ਸਾਲ ਦੀ ਸੀ, ਉਹਨਾਂ ਦੀ ਮੌਤ ਹੋ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਖੁਦਕੁਸ਼ੀ ਦਾ। ਤਾਂ ਜ਼ਹਿਰੀਲੀ ਚੀਜ਼ ਖਾਧੀ ਗਈ, ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਕਾਲਾ ਜੁਠੇੜੀ ਦੀ ਮਾਤਾ ਕਮਲਾ ਦੇਵੀ ਦੀ ਮੌਤ ਹੋ ਗਈ। ਕਾਲਾ ਜੁਠੇੜੀ ਨੇ ਲੇਡੀ ਡੌਨ ਅਨੁਰਾਧਾ ਦੇ ਨਾਲ ਵਿਆਹ ਕੀਤਾ ਸੀ। ਵਿਆਹ ਦੇ ਵਿੱਚ ਕਮਲਾ ਦੇਵੀ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਤਾਂ ਹੁਣ ਮਾਂ ਦੇ ਸੰਸਕਾਰ ਮੌਕੇ ਕਾਲਾ ਜੁਠੇੜੀ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ, ਪੁਲਿਸ ਦੇ ਸ਼ਿਕੰਜੇ ਦੇ ਵਿੱਚ। ਤਾਂ ਹੁਣ ਦਿੱਲੀ ਦੀ ਤਿਹਾੜ ਦੇ ਵਿੱਚ ਬੰਦ ਹੈ। ਜਾਣਕਾਰੀ ਮੁਤਾਬਿਕ ਕਮਲਾ ਦੇਵੀ ਨੇ ਗਲਤੀ ਦੇ ਨਾਲ ਕੀਟਨਾਸ਼ਕ ਦਵਾਈ ਖਾ ਲਈ, ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ। 60 ਸਾਲ ਇਹਨਾਂ ਦੀ ਉਮਰ ਸੀ, ਕਾਫੀ ਲੰਮੇ ਸਮੇਂ ਤੋਂ ਬਿਮਾਰ ਸਨ। ਪੁਲਿਸ ਦੇ ਵੱਲੋਂ ਕਾਲਾ ਜੁਠੇੜੀ ਦੀ ਮਾਤਾ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪੀਟਲ ਦੇ ਵਿੱਚ ਰਖਵਾ ਦਿੱਤਾ। ਤਾਂ ਅਪਰਾਧਿਕ ਦੁਨੀਆ ਦੇ ਵਿੱਚ ਸਰਗਰਮ ਗੈਂਗਸਟਰ ਕਾਲਾ ਜੁਠੇੜੀ, ਜਿਨ੍ਹਾਂ ਦੀ ਮਾਂ ਕਮਲਾ ਦੇਵੀ ਦਾ ਦੇਹਾਂਤ ਹੋ ਗਿਆ, ਦਵਾਈ ਸਮਝ ਕੇ ਜ਼ਹਿਰੀਲੀ ਚੀਜ਼ ਉਹਨਾਂ ਦੇ ਵੱਲੋਂ ਨਿਕਲੀ ਗਈ, ਹਸਪੀਟਲ ਦੇ ਵਿੱਚ ਦਰਮਿਆਨੇ ਇਲਾਜ ਉਹਨਾਂ ਦੀ ਮੌਤ ਹੋ ਗਈ। ਸੋਨੀਪਤ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਯੇ ਗਾਂਵ ਜਠੇੜੀ ਕੀ ਲੇਡੀਜ਼ ਹੈ ਕਮਲਾ ਦੇਵੀ, 60 ਸਾਲ ਕੇ ਕਰੀਬ ਇਨਕੀ ਉਮਰ ਹੈ, ਜੋ ਉਨਕੀ ਕਿਸੀ ਜ਼ਹਿਰ ਇਤਿਆਦੀ ਕੀ ਵਜ੍ਹਾ ਸੇ ਮੌਤ ਬਾਰੇ ਹਮਾਰੇ ਪਾਸ ਇਨਫੋਰਮੇਸ਼ਨ ਆਈ ਥੀ, ਤੋ ਯੇ ਬ੍ਰੋਡੈਡ ਜੋ ਤੁਲਿਪ ਹਸਪੀਟਲ ਸੇ ਸਰਕਾਰੀ ਹਸਪੀਟਲ ਸੋਨੀਪਤ ਲੈ ਜਾਈ ਗਈ ਹੈ, ਔਰ ਵਹਾਂ ਪੇਨ ਕੀ ਸਟੇਟਮੈਂਟ ਵਗੈਰਾ ਇਨਕੇ ਪਰਿਵਾਰ ਸੇ ਨੋਟ ਕੀ ਗਈ, ਤੋ ਉਨ੍ਹਾਂ ਨੇ ਬਤਲਾਇਆ ਕਿ ਭਈ ਇਹ ਕਾਫੀ ਸਮੇਂ ਸੇ ਬਿਮਾਰ ਚੱਲ ਰਹੀ ਥੀ, ਔਰ ਬਿਮਾਰੀ ਕੀ ਦਵਾਈ ਕੇ ਚੱਕਰ ਮੇਂ ਉਨਕੋ ਕੀਟਨਾਸ਼ਕ ਦਵਾਈ ਉਹਨੇ ਗਲਤੀ ਸੇ ਖਾਈ ਗਈ, ਜਿਸਕਾ ਕਾਰਨ ਉਨਕੀ ਮ੍ਰਿਤਯੂ ਹੋ ਗਈ ਹੈ, ਔਰ ਉਸਨੇ ਪੋਸਟਮਾਰਟਮ ਕੇ ਲੀਏ ਕਾਗਜ਼ਾਤ ਤਿਆਰ ਕੀਆ ਹੈ ਜਾਣੇ। ਸਰ, ਇਸਕੇ ਜੋ ਬੇਟੇ ਹੈ ਵੋ ਕਾਲਾ ਜਠੇੜੀ ਹੈ ਕਿਆ? ਹਾਂ, ਜੋ ਹਮਾਰੇ ਪਾਸ ਕੰਪਲੇਂਟ ਹੈ ਵੋ ਪ੍ਰਦੀਪ ਨੇ, ਸੋਰੀ, ਜੋ ਸਟੇਟਮੈਂਟ ਇਸਮੇਂ ਦੀ ਹੈ ਉਸਕੇ ਬੇਟੇ ਪ੍ਰਦੀਪ ਨੇ ਦੀ ਹੈ, ਬਾਕੀ ਜੋ ਸੰਦੀਪ ਲੜਕਾ ਹੈ ਵੋ ਜੇਲ੍ਹ ਮੇਂ ਹੈ। ਗੈਂਗਸਟਰ ਕਾਲਾ ਜੁਠੇੜੀ ਦੀ ਮਾਂ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਕਲੀ ਗਈ, ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। 60 ਸਾਲ ਦੀ ਕਮਲਾ ਦੇਵੀ ਦੀ ਇਲਾਜ ਮੌਕੇ ਮੌਤ ਹੋਈ ਹੈ। ਪੁੱਤ ਕਾਲਾ ਜੁਠੇੜੀ ਦਾ ਥੋੜ੍ਹਾ ਸਮਾਂ ਪਹਿਲਾਂ ਵਿਆਹ ਹੋਇਆ ਸੀ। ਵਿਆਹ ਦੇ ਵਿੱਚ ਕਮਲਾ ਦੇਵੀ ਬਹੁਤ ਖੁਸ਼ ਨਜ਼ਰ ਆ ਰਹੇ ਸੀ, ਤਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦਾ ਪੁੱਤ ਕਾਲਾ ਜੁਠੇੜੀ, ਜੋ ਕਿ ਅਪਰਾਧਿਕ ਦੁਨੀਆ ਦੇ ਵਿੱਚ ਸਰਗਰਮ ਸੀ, ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਔਰ ਹੁਣ ਉਹਨਾਂ ਦੀ ਮਾਤਾ, ਜਿਨ੍ਹਾਂ ਦੀ ਉਮਰ 60 ਸਾਲ ਦੀ ਸੀ, ਉਹਨਾਂ ਦੀ ਮੌਤ ਹੋ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਖੁਦਕੁਸ਼ੀ ਦਾ। ਤਾਂ ਜ਼ਹਿਰੀਲੀ ਚੀਜ਼ ਖਾਧੀ ਗਈ, ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਕਾਲਾ ਜੁਠੇੜੀ ਦੀ ਮਾਤਾ ਕਮਲਾ ਦੇਵੀ ਦੀ ਮੌਤ ਹੋ ਗਈ। ਕਾਲਾ ਜੁਠੇੜੀ ਨੇ ਲੇਡੀ ਡੌਨ ਅਨੁਰਾਧਾ ਦੇ ਨਾਲ ਵਿਆਹ ਕੀਤਾ ਸੀ। ਵਿਆਹ ਦੇ ਵਿੱਚ ਕਮਲਾ ਦੇਵੀ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਤਾਂ ਹੁਣ ਮਾਂ ਦੇ ਸੰਸਕਾਰ ਮੌਕੇ ਕਾਲਾ ਜੁਠੇੜੀ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ, ਪੁਲਿਸ ਦੇ ਸ਼ਿਕੰਜੇ ਦੇ ਵਿੱਚ। ਤਾਂ ਹੁਣ ਦਿੱਲੀ ਦੀ ਤਿਹਾੜ ਦੇ ਵਿੱਚ ਬੰਦ ਹੈ। ਜਾਣਕਾਰੀ ਮੁਤਾਬਿਕ ਕਮਲਾ ਦੇਵੀ ਨੇ ਗਲਤੀ ਦੇ ਨਾਲ ਕੀਟਨਾਸ਼ਕ ਦਵਾਈ ਖਾ ਲਈ, ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ। 60 ਸਾਲ ਇਹਨਾਂ ਦੀ ਉਮਰ ਸੀ, ਕਾਫੀ ਲੰਮੇ ਸਮੇਂ ਤੋਂ ਬਿਮਾਰ ਸਨ। ਪੁਲਿਸ ਦੇ ਵੱਲੋਂ ਕਾਲਾ ਜੁਠੇੜੀ ਦੀ ਮਾਤਾ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪੀਟਲ ਦੇ ਵਿੱਚ
ਰਖਵਾ ਦਿੱਤਾ ਤਾਂ ਅਪਰਾਧਿਕ ਦੁਨੀਆ ਦੇ ਵਿੱਚ ਸਰਗਰਮ ਗੈਂਗਸਟਰ ਕਾਲਾ ਜਠੇੜੀ ਜਿਨ੍ਹਾਂ ਦੀ ਮਾਂ ਕਮਲਾ ਦੇਵੀ ਦਾ ਦੇਹਾਂਤ ਹੋ ਗਿਆ, ਦਵਾਈ ਸਮਝ ਕੇ ਜ਼ਹਿਰੀਲੀ ਚੀਜ਼ ਉਹਨਾਂ ਦੇ ਵੱਲੋਂ ਨਿਗਲੀ ਗਈ, ਹੌਸਪੀਟਲ ਦੇ ਵਿੱਚ ਦਰਮਿਆਨੇ ਇਲਾਜ ਉਹਨਾਂ ਦੀ ਮੌਤ ਹੋ ਗਈ। ਸੋਨੀਪਤ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਗਾਂਵ ਜਠੇੜੀ ਕੀ ਲੇਡੀਜ਼ ਹੈ, ਕਮਲਾ ਦੇਵੀ 60 ਸਾਲ ਕੇ ਕਰੀਬ ਇਨਕੀ ਉਮਰ ਹੈ, ਜੋ ਇਨਕੀ ਕਿਸੀ ਜ਼ਹਿਰ ਇਤਿਆਦੀ ਕੀ ਵਜ੍ਹਾ ਸੇ ਮੌਤ ਬਾਰੇ ਹਮਾਰੇ ਪਾਸ ਇਨਫੋਰਮੇਸ਼ਨ ਆਈ ਥੀ, ਤੋ ਇਹ ਬਰੋਡੈਡ ਜੋ ਪੁਲਿਸ ਹੌਸਪੀਟਲ ਸੇ ਸਰਕਾਰੀ ਹੌਸਪੀਟਲ ਸੋਨੀਪਤ ਲੈ ਜਾਈ ਗਈ ਹੈ, ਔਰ ਵਹਾਂ ਪੇ ਇਨਕੀ ਸਟੇਟਮੈਂਟ ਵਗੈਰਾ ਇਨਕੇ ਪਰਿਵਾਰ ਸੇ ਨੋਟ ਕੀ ਗਈ, ਤੋ ਉਨ੍ਹਾਂ ਨੇ ਬਤਲਾਇਆ ਕਿ ਭਈ ਇਹ ਕਾਫੀ ਸਮੇਂ ਸੇ ਬਿਮਾਰ ਚੱਲ ਰਹੀ ਥੀ, ਔਰ ਬਿਮਾਰੀ ਕੀ ਦਵਾਈ ਕੇ ਚੱਕਰ ਮੇਂ ਉਨਕੋ ਕੀਟਨਾਸ਼ਕ ਦਵਾਈ ਉਨ੍ਹਾਂ ਗਲਤੀ ਸੇ ਖਾਈ ਗਈ, ਜਿਸ ਕਾਰਨ ਇਨਕੀ ਮ੍ਰਿਤਯੂ ਹੋ ਗਈ ਹੈ, ਔਰ ਇਸ ਨੂੰ ਪੋਸਟਮਾਰਟਮ ਕੇ ਲਈ ਕਾਗਜ਼ਾਤ ਤਿਆਰ ਕੀਤੇ ਜਾ ਰਹੇ ਹਨ। ਸਰ, ਇਸਕੇ ਜੋ ਬੇਟੇ ਹੈ ਵੋ ਕਾਲਾ ਜਠੇੜੀ ਹੈ ਕਿਆ? ਹਾਂ, ਜੋ ਹਮਾਰੇ ਪਾਸ ਕੰਪਲੇਂਟ ਹੈ ਵੋ ਪ੍ਰਦੀਪ ਨੇ, ਸੋਰੀ, ਜੋ ਸਟੇਟਮੈਂਟ ਇਸਮੇਂ ਦੀ ਹੈ ਉਸਕੇ ਬੇਟੇ ਪ੍ਰਦੀਪ ਨੇ ਦੀ ਹੈ, ਬਾਕੀ ਜੋ ਸੰਦੀਪ ਲੜਕਾ ਹੈ ਵੋ ਜੇਲ੍ਹ ਮੇਂ ਹੈ।